ਹਾਂਜੀ ਦੋਸਤੋ ਨਮਸਕਾਰ ਦੋਸਤੋ ਇਹ ਜੋ ਅੱਜ ਮੈਂ ਲਿਖਤ ਪੜਨ ਜਾ ਰਿਹਾ ਇਹ ਯੋਧਾ ਢਾਲੀਵਾਲ ਦੀ ਲਿਖੀ ਹੋਈ ਹੈ ਤੇ ਇਹ ਗੁਰਵਿੰਦਰ ਆਨੰਦਗੜ੍ਹ ਉਹਨਾਂ ਦੇ ਫੇਸਬੁੱਕ ਪੇਜ ਤੋਂ ਮੈਂ ਦੇਖੀ ਸੀ ਤਾਂ ਤੁਹਾਡੇ ਸਾਹਮਣੇ ਪੇਸ਼ ਕਰਦਾ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਮੈਂ ਪੁੱਛਿਆ ਕਈਆਂ ਨੂੰ ਬੜਾ ਨਾਨਕ ਪੀਰ ਬਾਰੇ ਜੀਤੋ ਬਾਬਾ ਨਜ਼ਰ ਆਵੇ ਐਸੀ ਤਸਵੀਰ ਬਾਰੇ ਉਹਨਾਂ ਇੱਕ ਇੱਕ ਕਰ ਛੱਡੀ ਤਸਵੀਰਾਂ ਬੜੀਆਂ ਸੀ ਬਸ ਸਭ ਨੇ ਆਪਣੀਆਂ ਮਨ ਘੜਤ ਘੜੀਆਂ ਸੀ ਮਾਲਾ ਹੱਥ ਫੜਾਈ ਸੀ ਕਿਤੇ ਗੱਲ ਵਿੱਚ ਪਾਈ ਸੀ ਉੱਥੇ ਹੀ ਸੋਚ ਸਾਡੀ ਜਿੱਥੋਂ ਜਾਨ ਛੁਡਾਈ ਸੀ ਭਾਵੇਂ ਅੱਜ ਮੰਨਦੇ ਹਾਂ ਅਸੀਂ ਬਹੁਤੇ ਲਿਖੇ ਪੜੇ ਜਿੱਥੋਂ ਬਾਬੇ ਨੇ ਕੱਢਿਆ ਉਸੇ ਚਿੱਕੜ ਫੇਰ ਬੜੇ ਅਸੀਂ ਪੂਜੀ ਜਾਂਦੇ ਹਾਂ ਪੱਥਰਾਂ ਦੇ ਆਂ ਬੁੱਤਾਂ ਨੂੰ ਤੇ ਵੱਧ ਕੇ ਮੰਨਦੇ ਹਾਂ ਧੀਆਂ ਤੋਂ ਪੁੱਤਾਂ ਨੂੰ ਕੋਈ ਅਸਰ ਨਹੀਂ ਹੋਇਆ ਬਾਬੇ ਦੀ ਬਾਣੀ ਦਾ ਕਹਿਣਾ ਕਦੇ ਮੰਨਿਆ ਨਹੀਂ ਅਸੀਂ ਖੁਦ ਗੁਰ ਬਾਣੀ ਦਾ ਚੌਧਰ ਦੀ ਭੁੱਖ ਖਾਤਰ ਇਹ ਤੇ ਮਰਦੇ ਹਾਂ ਫਿਰ ਪੱਗਾਂ ਲਾ ਦਈਏ ਗੁਰੂ ਘਰਾਂ ਵਿੱਚ ਲੜਦੇ ਹਾਂ ਜੋ ਤੂੰ ਸਮਝਾਉਂਦਾ ਐ ਮੰਨੀ ਨਹੀਂ ਗੱਲ ਕੋਈ ਵਿਖਾਵੇ ਤਾਂ ਕਰ ਲੈਨੇ ਨਿੰਦਿਆ ਨਹੀਂ ਛੱਡ ਹੋਈ ਅਸੀਂ ਹਵਾ ਪਾਣੀ ਧਰਤੀ ਸਭ ਗੰਧਲੇ ਕਰ ਛੱਡੇ ਬਾਬਾ ਤੇਰੀ ਬਾਣੀ ਦੇ ਨਾ ਸਮਝੇ ਅਰਥ ਕੱਢੇ ਫਸਲਾਂ ਤੇ ਖੇਤਾਂ ਨੂੰ ਪਾਣੀ ਲਾਉਂਦੇ ਬਾਬੇ ਦੀ ਤਸਵੀਰ ਮਸਾ ਲੱਭੀ ਹਲ ਵਾਉਂਦੇ ਬਾਬੇ ਦੀ ਯੋਧਾ ਢਾਲੀ ਵਾਲ ਬਹੁਤ ਸੋਹਣੀ ਲਿਖਤ ਹੈ ਜੀ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਗੀ ਤੇ ਉਮੀਦ ਕਰਦਾ ਤੁਸੀਂ ਇਸ ਨੂੰ ਸ਼ੇਅਰ ਵੀ ਜ਼ਰੂਰ ਕਰੋਗੇ ਬਹੁਤ ਬਹੁਤ ਧੰਨਵਾਦ